ਚੰਗੇ ਤੇ ਉਹ ਬੰਦਾ ਜਿਹੜਾ ਮਜ਼ਦੂਰ ਹੈ ਮੁਹਤਾਜ ਹੈ ਭਾਜੀ ਅਸੀਂ ਵੀ ਮੁਹਤਾਜ ਹੀ ਆਂ ਵੇਖ ਮੁਹਤਾਜੀ ਨਜ਼ਰ ਨਹੀਂ ਆਂਦੀ ਇਹ ਮੁਹਤਾਜ ਨੇ ਦੋਨੇ ਹਾਂਜੀ ਇਹਦੇ ਹੱਥ ਦੇ ਵਿੱਚ ਹਰ ਬੰਦੇ ਨੂੰ ਕਹਿਣ ਦੇ ਇੱਧਰ ਦੀ ਨਿਕਲੋ ਭੈਣ ਤੇ ਇਹੋ ਜਿਹੇ ਮੂੰਹ ਨਾਲ ਨਾਸ਼ਤੇ ਵਾਲੇ ਪਤੀਲੇ ਤੇ ਪਏ ਹੁੰਦੇ ਨੇ ਸਾਰਾ ਦਿਨ ਵੇਖਦੇ ਨਹੀਂ ਉੱਥੇ ਪਏ ਹੁੰਦੇ ਆ ਸਾਨੂੰ ਦੇ ਕੁਛ ਹੁਸਨ ਦੇ ਰੱਖ ਲੈ ਲੱਗਦਾ ਨਹੀਂ ਬੰਦਾ ਬੈਠਾ ਲੱਗਦਾ ਚੌਲਾਂ ਦੀ ਦੇਗ ਰੱਖ ਗਿਆ ਕੋਈ ਇੱਥੇ ਮੇਰੀ ਕੁੜੀ ਦਾ ਵਿਆਹ ਹੋਇਆ ਅੱਛਾ ਛੇ ਮੋਟਰਸਾਈਕਲਾਂ ਦਿੱਤੀਆਂ ਮੈਂ ਨਹੀਂ ਛੇ ਕੋ ਦਿੱਤੀਆਂ ਬਾਜੀ ਮੌਤ ਦੇ ਖੁਦ ਮੋਟਰਸਾਈਕਲ ਚਲਾਉਂਦੀ ਇਸ ਵਾਰ ਵੀ ਲੈਣਾ ਬਾਊ ਐਤੀ ਗੱਲ ਆ ਦੇ ਇਸ ਵਾਰ ਵੀ ਲੈਣਾ ਹੀ ਪਹਿਲੇ ਇਹ ਦੱਸ ਤੈਨੂੰ ਸ਼ਵਾਰਮੇ ਦਾ ਨਾਂ ਕਿੰਨੇ ਦੱਸਿਆ ਤੂੰ ਮੂਲੀ ਵਾਲਾ ਪਰੌਂਠਾ ਖਾਣਾ ਹੋਵੇ ਡੇਢ ਡੇਢ ਘੰਟਾ ਸੜਕ ਤੇ ਲੇਟਣਾ ਤੁਹਾਡੀ ਜ਼ਿੰਦਗੀ ਦਾ ਸਹੀ ਮੰਗਿਆ ਕਰੋ ਤੁਹਾਨੂੰ ਬੜੇ ਪੈਸੇ ਅੱਗੇ ਰੱਖ ਕੇ ਮੰਗਣ ਦੇ ਛਾਪਾ ਪਾਉਣਾ ਜੀ ਲੈ ਤੇ ਪਿੱਛੇ ਰੱਖ ਕੇ ਮੰਗੀਏ ਕੋਈ ਪਿੱਛੇ ਚੁੱਕ ਕੇ ਲੈ ਜਾਊਗਾ ਫਕੀਰ ਹੋ ਤੁਸੀਂ ਫਕੀਰ ਆ ਹੋਰ ਤੁਸੀਂ ਲੱਗਣ ਡੇ ਤੁਸੀਂ ਫਕੀਰ ਆ ਹੋਰ ਕੀ ਐਚਬੀਐਲ ਚ ਲੱਗੇ ਚੰਗੇ ਭਲੇ ਹੱਥ ਨੇ ਨਾ ਮੈਂ ਪਕੌੜੇ ਕੱਢਿਆ ਕਰ ਮੈਂ ਪਕੌੜੇ ਕੱਢੇ ਨਾ ਖਾ ਲੈਂਗਾ ਤੁਹਾਡੀ ਬਚਪਨ ਦੀ ਕੋਈ ਮਾਂ ਹਜੇ ਮੈਂ ਇੱਕੋ ਮਾਂ ਜੀ ਮੈਂ ਵਨ ਸਾਈਡਡ ਆ ਕੀ ਤੇਰੀ ਜ਼ਿੰਦਗੀ ਹੈ ਤੂੰ ਗੁੱਡੀ ਫੜ ਲਵੇਂ ਤੇਰੇ ਕੋ ਲਾਈ ਨਹੀਂ ਜਾਣੀ ਇੱਕ ਬਾਹ ਨਾਲ ਕਿੰਨੀ ਚਲਾਏਗਾ ਹਾਂ ਤੇ ਇੱਕ ਛੋਟਾ ਭਰਾ ਹੋ ਕਹਿੰਦਾ ਵੱਡਾ ਹੋ ਕੇ ਮੈਂ ਇਹਦੀ ਬਾਹ ਬਣ ਜਾਗਾ ਹਾਂਜੀ ਨਹੀਂ ਤੁਸੀਂ ਹੱਟੇ ਕੱਟੇ ਹੋ ਕਿਉਂ ਮੰਗ ਰਹੇ ਹੋ ਮੰਗੇ ਤੇ ਉਹ ਬੰਦਾ ਜਿਹੜਾ ਮਜ਼ਦੂਰ ਹੈ ਮੁਹਤਾਜ ਹੈ ਭਾਜੀ ਅਸੀਂ ਵੀ ਮੁਹਤਾਜ ਹੀ ਆ ਵੇਖ ਮੁਹਤਾਜੀ ਨਜ਼ਰ ਨਹੀਂ ਆਂਦੀ ਇਹ ਮੁਹਤਾਜ ਨੇ ਦੋਨੇ ਹਾਂਜੀ ਇਹਦੇ ਹੱਥ ਦੇ ਵਿੱਚ ਹਰ ਬੰਦੇ ਨੂੰ ਕਹਿਣ ਦੇ ਇੱਧਰ ਦੀ ਨਿਕਲੋ ਭੈਣ ਬਚਪਨ ਚ ਤੂੰ ਕੋਠੇ ਤੋਂ ਡਿੱਗਾ ਹੁਣ ਮੇਰੀਆਂ ਨਜ਼ਰਾਂ ਤੋਂ ਡਿੱਗ ਪਿਆ ਅੱਛਾ ਇਹੋ ਜਿਹੇ ਮੂੰਹ ਨਾ ਨਾਸ਼ਤੇ ਵਾਲੇ ਪਤੀਲੇ ਤੇ ਪਏ ਹੁੰਦੇ ਨੇ ਸਾਰਾ ਦਿਨ ਵੇਖਦੇ ਨੀ ਉੱਥੇ ਪੈ ਹੁੰਦੇ ਆ ਤੂੰ ਸਾਨੂੰ ਮਾਮੂਲ ਨਹੀਂ ਸਮਝਣਾ ਮੈਂ ਆਪਣੀ ਬੱਚੀ ਦਾ ਵਿਆਹ ਕੀਤਾ ਸੀ ਅੱਛਾ ਫਲਾਰੀ ਦਿੱਤੀ ਫਲਾਰੀ ਗੱਡੀ ਤੇਰੇ ਮੂੰਹ ਜਿਹੜੀ ਗੱਡੀ ਨਹੀਂ ਨਿਕਲਦੀ ਤੂੰ ਕਿਉਂ ਦਿੱਤੀ ਹੈ ਜਿਹੜੀ ਗੱਡੀ ਨੇ ਫਰਾਰੀ ਦਿੱਤੀ ਹੈ ਬੱਚੀ ਨੂੰ ਬਾਅਦ ਚ ਫਲਵਾਰੀ ਨਿਕਲ ਆਈ ਹੈ ਤੇ ਭੱਲੇ ਵਾਲੇ ਨੇ ਉਹਨੂੰ ਬਿਮਾਰੀ ਦਿੱਤੀ ਹੈ ਲੱਕ ਲਾਣੇ ਤੇ ਐਸੀ ਬੱਚੀ ਗਈ ਹੈ ਉਦੋਂ ਦੀ ਬਾਵਾ ਲੱਤ ਗਈ ਜਾਂਦੀਆਂ ਬਚਪਨ ਤੋਂ ਬਾਹ ਖਰਾਬ ਹਾਂਜੀ ਤੁਹਾਡੀ ਬਚਪਨ ਤੋਂ ਲੱਤ ਖਰਾਬ ਹਾਂਜੀ ਲੱਤ ਜੀ ਲੋਕਾਂ ਦੀ ਔਲਾਦ ਖਰਾਬ ਹੁੰਦੀ ਤੇਰੀ ਲੱਤ ਖਰਾਬ ਨਿਕਲ ਆਈ ਹਾਂਜੀ ਤੇਰੀ ਲੱਤ ਖਰਾਬ ਤੇਰੀ ਮੱਤ ਖਰਾਬ ਆ ਤੂੰ ਸਾਡੇ ਨਾਲ ਆ ਕੇ ਬਹਿ ਜਾ ਸਾਨੂੰ ਦੇ ਕੁਛ ਲੱਗਦਾ ਨੀ ਬੰਦਾ ਬੈਠਾ ਲੱਗਦਾ ਚੌਲਾਂ ਦੀ ਦੇਗ ਰੱਖ ਗਿਆ ਕੋਈ ਇੱਥੇ ਔਰ ਲੱਗਦਾ ਮੂਦੀ ਕਰਕੇ ਡੋਲ ਗਿਆ ਜੁਰਤਾ ਕਿਹੜੇ ਫਕੀਰ ਹੋ ਜਿਹੜੇ ਏਡੇ ਕੈਮ ਹੋ ਇਹੋ ਜਿਹੇ ਕਾਲੇ ਰੰਗ ਦਾ ਫਾਇਦਾ ਬੜਾ ਹੀ ਘਰ ਛਾਪਾ ਵੀ ਪੈ ਜੇ ਰੰਗ ਹੀ ਨੀ ਉੱਡਦਾ ਨਹੀਂ ਉੱਡੇਗਾ ਤੁਸੀਂ ਰਿਸ਼ਤਾ ਦੇ ਹੋ ਡਿਜੀਟਲ ਮੰਗਤਾ ਹੀ ਤੇਰੇ ਚ ਤਿੰਨ ਸੀਮਾਂ ਪੈਂਦੀਆਂ ਤੂੰ ਪਹਿਲਾਂ ਮੰਗਤਾ ਜੀ ਤੇ ਚਾਰਜਰ ਨੀ ਛੱਡਦਾ ਸਾਡੇ ਹੁਸਨ ਤੋਂ ਜੈਲਸ ਹੋਣ ਡਿਆ ਲੋਕ ਜ਼ਮੀਰ ਵੇਚਣ ਡੇ ਅਸੀਂ ਚੀਜ਼ ਵੇਚਣ ਡੇ ਤੇ ਲੱਗਣ ਡੇ ਇਨਵੈਸਟਮੈਂਟ ਕੋਈ ਨਹੀਂ ਉਹ ਗੱਲ ਸਾਨੂੰ ਮਾਤੀ ਆ ਲਿਆ ਉਹ ਕਿਸੇ ਅੱਗੇ ਹੱਥ ਕਰਨਾ ਬੜਾ ਮੁਸ਼ਕਿਲ ਕੰਮ ਜ਼ਮੀਰ ਮਾਰਨਾ ਹੁੰਦਾ ਜ਼ਮੀਰ ਤੇਰੀ ਸ਼ਕਲ ਤੋਂ ਲੱਗਦਾ ਤੂੰ ਪੈਦਾ ਨਹੀਂ ਸਾਇਆ ਤੇਰਾ 2 ਮਹੀਨੇ ਪਹਿਲੇ ਜ਼ਮੀਰ ਮਰ ਗਿਆ ਸੀ ਇੰਜ ਹੱਥ ਕਰਨਾ ਸੌਖਾ ਨਹੀਂ ਪਹਿਲੇ ਪਿਓ ਨੂੰ ਮਾਰਨਾ ਫਿਰ ਨਾ ਫੇਰ ਇੰਜ ਹੱਥ ਕਰਨਾ ਪੈਂਦਾ ਜੀ ਇੰਜ ਹੱਥ ਕਰਨਾ ਸੌਖਾ ਨਹੀਂ ਆ ਮੈਂ ਇੱਕ ਬੰਦੇ ਕੇ ਇੰਜ ਹੱਥ ਕੀਤਾ ਨੇ ਮੇਰੀ ਬਾਹ ਹੀ ਲਾ ਕੇ ਰੱਖ ਲਈ ਉਹਦੋਂ ਦੀ ਇੰਨੇ ਇੱਕ ਬੰਦੇ ਕੇ ਹੱਥ ਕੀਤਾ ਦੇ ਉਹਨੇ ਸਿਗਰਟ ਬਚਾ ਦਿੱਤੀ ਰੱਖਿਆ ਇਹ ਤੈਨੂੰ ਪਤਾ ਨਹੀਂ ਕਿੰਨੀ ਇਨਵੈਸਟਮੈਂਟ ਹੁੰਦੀ ਹੈ ਕਾਦੀ ਇਨਵੈਸਟਮੈਂਟ ਓਏ ਹੱਥ ਇਹੋ ਜਿਹੇ ਕਮਾਣੇ ਪੈਂਦੇ ਨੇ ਡਾਈ 'ਚ ਦੇ ਕੇ ਹਾਂਜੀ ਲੱਤ ਦੁੜਾਣੀ ਪੈਂਦੀ ਹੈ ਇਹ ਡਾਈ 'ਚ ਦੇ ਕੇ ਹੱਥ ਨਹੀਂ ਹੋਇਆ ਇਹਨੇ ਸੁੱਕੀ ਨਹਿਰ 'ਚ ਡਾਈ ਮਾਰ ਦਿੱਤੀ ਹੱਥ ਥੱਲੇ ਆ ਗਿਆ ਉਦੋਂ ਤਾਂ ਇੰਜ ਦਾ ਹੋ ਗਿਆ ਤੂੰ ਤੇ ਮੇਰੇ ਤੋਂ ਸ਼ੁਰੂ ਤੋਂ ਮਗਰ ਮੈਂ ਤਾਂ ਜੈਲਸ ਆ ਓਏ ਕਿੱਥੇ ਲੱਗ ਗਏ ਤੂੰ
खराब है बाजी मौत दे खुद मोटरसाइकिल कदी साउथ अफ्रीका जा रहे हो टाइम ना घर क्यों नहीं जाते चले जाने दो घर का पता यार देख पैसे रख रख पैसे चुकी दे पर बंदे एक मान हां जी यार हमारे लात खराब है तेरी हां जी नाटक मारने ना लो ना ना अच्छा किन्ने के पैसे वट लेंदे रोज वट लेने असि कि गंडेरियां लाईयां वट लेंदे ए तो शाम नु मुंह ही वट के घर चले जांदा नहीं मैं जी 20,000 रुपया सड़क पे बह के ना कोई इन्वेस्टमेंट हो किस तरह हल्ले बंद ने सड़क का 20,000 दसे डबल रोड हो तो 40,000 है मेरे नाल दी है 30-40,000 रुपया महीना रोजा कमांदी नाल दी कौन मसल भरजाई ताडी मेरी भरजाई केड़ी है जेड़ी सड़क ते मांगदी फिरदी मेरी कादी भरजाई है देख केहो जी गल्ला कर ए भाई साडी इन्वेस्टमेंट आ गई आ तन्नू पता आ इन्वेस्टमेंट करके बैठे हैं यार नोट रख दे ले छड मरे ए लपे खरीदे गरबूजे खरीदे यार पैसे जरा मैं मंगना नहीं है मैं इंटरव्यू कर रहा बैठा है ऐसा साडा प्यो दद लत खराब तेरी एक बाह नहीं हाँ जी मेरी बाह नहीं एक किन्नी देर तो मंग रहे हो किन्नी देर तो सवेर तो मंगन रहे हैं दादे बाबे मंगदे आ रहे जिम्मे दादे बाबे डीसी ऑफिस लगा अल्लाह बख्शे नाना भी मंगता हूं अल्लाह बख्शे जी हो जी तेरी शक्ल बख्शे जाना नहीं असि यार मरे बंदे दा सूट पा लेना हां जी पा लई दे जी अपना सूट ते ला के दे नु पा लेना जे लथिया ना होवे हां पर भाई एदा सूट जेड़ा ओ मेनू सूट नहीं करदा मैं नहीं पाउणा मेनू खारिश पै जंदी ए बचपन दे सूट मेरे ही पाना हुन्ना सा ताईए तो ओ रख दे नहीं असि चैनल वल्लों आए हां ए देखो तुहाडे नाल जमीन ते बैठे हां मैं पूछ रहा कि तुम हटे कटे हो तेरी लत सही है ओदियां भी दो बावां मेनू पक्का पता ओदियां एक का भाई एक बा है तुसी फ्रॉड कर रहे हो कौन चंगे भले अगर तुम मांग रहे हो ना हटे कटे हो गए जो सची मिच के लोग मंगने वाले उन्होंने काम खराब हों बेचारे किधर जान फिर सच्चे मंगने देने सा शरबत थले मिकडोनल्ड का बर्गर भी निकल आया
ਕੀ ਮੌਜ ਹੈ, ਪੂਰਾ ਰੈਸਟੋਰੈਂਟ ਲੈ ਕੇ ਫਿਰ ਰਹੇ ਹੋ? ਅਸੀਂ ਸਹੀ ਹੈ, ਅਸੀਂ ਮਿਕਸ ਖਾਂਦੇ ਹਾਂ ਸਬਜ਼ੀਆਂ, ਵੈਜੀਟੇਰੀਅਨ। ਹਾਂਜੀ ਉਹ ਰੱਖ ਰੱਖ ਲੈ, ਮੈਂ ਖੇਡਦੇ ਆ, ਤੁਸੀਂ ਛੱਡੋ ਇਹਨੂੰ ਯਾਰ, ਮਤਲਬ ਤੁਸੀਂ ਆਪਣਾ ਆਵਾਜ਼ ਲਾਓ। ਇਹਦੇ ਜਾ ਸਖੀਆ ਸਾਨੂੰ ਲਾ ਦੇ ਨਾ ਤੇ ਦੇ ਯਾਰ, ਮੂੰਹ ਇਸ ਤਰ੍ਹਾਂ ਦੇ ਖੇ ਬੰਦੇ ਨੂੰ ਦੁਕਾਨ ਤੇ ਜਾ ਕੇ ਵੀ ਨਹੀਂ ਕਹਿਣਾ ਪੈਂਦਾ, ਯਾਰ ਲਗਲਾ ਗਿਣ ਕੇ ਖਲੋਤਾ ਹੁੰਦਾ, ਤੇਰਾ ਤੇਰੇ ਬਣਦੇ ਨੇ। ਇਸ ਵਾਰ ਵੀ ਲੈਣਾ ਬਾਉ, ਇਹ ਪੀਜ਼ਾ ਲਾ ਦੇ, ਇਸ ਵਾਰ ਵੀ ਲੈਣਾ ਹੀ। ਪਹਿਲੇ ਇਹ ਦੱਸ ਤੈਨੂੰ ਸ਼ਵਾਰਮੇ ਦਾ ਨਾਂ ਕਿਹਨੇ ਦੱਸਿਆ? ਤੂੰ ਮੂਲੀ ਵਾਲਾ ਪਰੌਂਠਾ ਖਾਣਾ ਹੋਵੇ, ਡੇਢ ਡੇਢ ਘੰਟਾ ਸੜਕ ਤੇ ਲੇਟਣਾ। ਇਹ ਦੇ ਜਾ ਸਕੀਆ ਮੇਰੇ ਮੁੰਡੇ ਨੂੰ ਵੱਡਾ ਮੋਬਾਈਲ ਲੈ ਕੇ ਦੇ ਜਾ, ਡੇਢ ਲੱਖ ਵਾਲਾ। ਮੈਂ ਤੇਰੇ ਮੁੰਡੇ ਨੂੰ ਡੇਢ ਲੱਖ ਵਾਲਾ ਜੋ ਮੋਬਾਈਲ ਲੈ ਦਿਆਂ, ਵਜਾ ਮੇਰੇ ਕੋ ਜੌਬ ਕਰ ਦੋ। ਓ ਸਖੀਆ, ਓ ਮੇਰੇ ਮੁੰਡੇ ਨੂੰ ਪੀਜ਼ਾ ਲੈ ਦੇ। ਜਿਹੜਾ ਤੇਰਾ ਮੁੰਡਾ, ਉਹਨੂੰ ਮੈਂ ਪੀਜ਼ਾ ਵੀ ਲੈਤਾ, ਉਹਨੇ ਵੀ ਡੋਲਣੀ ਚ ਗੁੱਛੂ ਮੁੱਛੂ ਕਰਕੇ ਖਾਣਾ। ਆਪਣੇ ਮੁੰਡੇ ਨੂੰ ਕਿਉਂ ਕਹੇ ਇਸ ਗੱਲ ਨੂੰ ਪੀਜ਼ਾ? ਓ ਸਖੀਆ, ਕੀ ਗੱਲ ਆ? ਇਹ ਮੇਰੇ ਵੱਡੇ ਮੁੰਡੇ ਨੂੰ ਕਿਸੇ ਟਾਊਨ ਚ ਪਲੈਟ ਲੈ ਦੇ। ਤੇਰੇ ਮੁੰਡੇ ਨੂੰ ਇੰਗਲੈਂਡ ਦਾ ਵੀਜ਼ਾ ਲੈ ਦੇ। ਇੰਗਲੈਂਡ ਦਾ ਵੀਜ਼ਾ ਤੇਰੇ ਮੁੰਡੇ ਨੂੰ ਲੈ ਦਾ? ਤੇਰੇ ਮੁੰਡੇ ਨੇ ਕਾਹਨੇ ਜਾਣਾ, 6 ਵਾਰੀ ਤਲਾਸ਼ੀ ਹੁੰਦੀ। ਆਸਤਾ ਬੋਲੋ, ਇਕਦਮ ਸਖੀਆ ਕਹਿੰਦੇ, ਮੈਨੂੰ ਲੱਗਦਾ ਮੈਂ ਡਰ ਜਾਵਾਂ। ਉਹ ਮੇਰੇ ਮੁੰਡੇ ਨੂੰ ਆਸਟ੍ਰੇਲੀਆ ਭੇਜ ਦੇ। ਤੇਰੇ ਮੁੰਡੇ ਨੂੰ ਗੱਜੂ ਮਤੇ ਨਾ ਭੇਜਦਾ, ਉੱਥੇ ਸੈੱਟ ਹੋ ਜਾਏਗਾ। ਬਹੁਤ ਅੱਛੇ, ਉਹਦੇ ਨਾਲ ਤੇ ਯੂਨਾ ਬਾਤ ਸੈੱਟ ਸੀ। ਇਹ ਸਖੀਆ ਕੀ ਸਖੀਆ, ਇਹ ਤੂੰ ਵੀ ਸਾਡੇ ਚੋਂ ਹੀ ਆ। ਇਹ ਤਦੇ ਤੇ 10 ਮਿਲੇ ਨੂੰ, ਇਹੋ ਜਿਹਾ ਮੂੰਹ ਦੰਦਾਂ ਵਾਲੀ ਦੁਕਾਨ ਤੇ ਪਿਆ ਹੁੰਦਾ, ਥੱਲੇ ਲਿਖਿਆ ਹੁੰਦਾ ਯਹਾਂ ਪੇ ਦੰਦ ਬਣਤੇ ਹਨ, ਤੇ ਇਹੋ ਜਿਹਾ ਮੂੰਹ ਕਸਾਈ ਦੇ ਫੱਟੇ ਤੇ ਪਿਆ ਹੁੰਦਾ। ਇਹੋ ਜਿਹਾ ਪਿਆ ਰਹਿਣ ਦੇ ਤੈਨੂੰ ਕੁਛ ਆਉਂਦਾ? ਇਹੋ ਜਿਹਾ ਮੂੰਹ ਪਹਿਲਾਂ ਕਿਹੋ ਜਿਹਾ ਆਉਂਦਾ, ਲੈ ਲੈਂਦੀ ਕੋਪੀ ਨਹੀਂ ਕੁੱਟਦੀ। ਬੜੇ ਮੰਗਣ ਵਾਲੇ ਟੈਡੀ ਬਣੇ ਸਖੀਆ। ਮੇਰੇ ਮੁੰਡੇ ਨੂੰ ਬੰਟੂ ਫੈਬ ਲੈ ਦੇ, ਬੰਟੂ ਫੈਬ ਲੈ ਦੇ। ਜਿਹੜੀ ਚੀਜ਼ ਕਹਿਣੀ ਆਉਂਦੀ ਤੂੰ ਮੁੰਡੇ ਲਈ ਉਹ ਮੰਗ। ਆਸਤਾ ਬੋਲ ਸਖੀਆ, ਤੇਰੇ ਵਰਗਾ ਬੰਦਾ ਦਹੀਂ ਢਲਾ ਦਿੰਦਾ ਉਹ ਸਖੀਆ। ਉਹ ਪਿਆਈ ਤੇਰੀ ਖੈਰ ਹੋਵੇ, ਡੋਲੀ ਚੜ ਜਾਣ ਵਾਲੇ ਆ। ਸ਼ਰਮ ਆਣੀ ਜਿਹੜੀ ਦੁਕਾਨ ਬਣਾ ਲੈ, ਕੋਈ ਰਕਸ਼ਾ ਪਾ ਲੈ, ਕੋਈ ਬਿਜ਼ਨਸ ਕਰ ਲੈ, ਤੂੰ ਮੰਗਣ ਵਾਲੇ ਦੇ ਪੈਸੇ ਲਾਏ ਨੇ। ਹਾਂ ਮੇਰੀਆਂ ਦੁਕਾਨਾਂ ਹੀ ਆ ਦੋਵੇਂ, ਦੋਵੇਂ ਦੁਕਾਨਾਂ ਦੇ ਲੱਗ ਸ਼ਟਰ ਹੈਗਾ। ਉਹ ਠਹਿਰ ਜਾ ਸ਼ਟਰ ਵੇ, ਮੇਰੀ ਲੱਗ ਖਰਾਬਾ, ਆਰਾਮ ਨਾਲ ਦੱਸ। ਇਹ ਤੁਹਾਡੀ ਇੱਕ ਬਾਹ ਨਹੀਂ? ਮੇਰੀ ਇੱਕ ਬਾਹ ਨਹੀਂ ਹੈਗੀ। ਉਹ 1000 ਰੁਪਿਆ ਕਿਹਦਾ ਵਿਆਹ ਇੱਥੋਂ ਲਾਉਣਾ? ਉਹ ਕਿਤੇ ਓਏ ਮੇਰਾ, ਤੁਸੀਂ ਵੇਖਿਆ ਨਾਜ਼ਰੀਨ, ਸਦਕਾ ਫਤਰਾਨਾ ਮੰਗਣ ਵਾਲੇ ਪੈਸੇ ਉਹਨਾਂ ਨੂੰ ਦਿਓ ਜਿਹੜੇ ਹੱਕਦਾਰ ਨੇ, ਸਿਰਫ ਫਰਾਡੀਆਂ ਨੇ।